ਪਾਤੜਾ ਤੋਂ ਦਿੱਲੀ ਜਾਂਦਿਆਂ ਸਮੇਂ 4 ਲੱਖ ਦੇ ਕਰੀਬ ਰਾਸ਼ੀ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ। ਇਹ ਮਾਮਲਾ ਕਾਰ ਪੈਲਸ ਕਰਮਚਾਰੀ ਦਾ ਹੈ, ਜਿਸ ਨੂੰ ਪੁਲਿਸ ਨੇ ਕਾਬੂ ਕਰਦਿਆਂ ਮਾਮਲੇ ਨੂੰ ਹੱਲ ਕਰ ਲਿਆ। ਇਸ ਬਾਰੇ ਥਾਣਾ ਪਾਤੜਾ ਦੇ ਮੁਖੀ ਰਣਬੀਰ ਸਿੰਘ ਅਤੇ ਸ਼ਹਿਰੀ ਚੌਂਕੀ ਮੁਖੀ ਦਰਬਾਰਾ ਸਿੰਘ ਨੇ ਦੱਸਿਆ ਕਿ ਪਾਤੜਾ ਚ ਕਾਰ ਪੈਲਸ ਮਾਲਕ ਸੋਮਨਾਥ ਸੋਨੂ ਕੋਲ ਚੰਚਲ ਕੁਮਾਰ ਉਰਫ ਸੋਨੂ ਕੰਮ ਕਰਦਾ ਸੀ, ਜਿਸ ਨੂੰ 3,65,000 ਰੁਪਏ ਅਤੇ ਗੱਡੀਆਂ ਦੇ ਕਾਗਜ਼ ਦੇ ਕੇ ਕਾਰ ਪੈਲਸ ਮਾਲਕ ਨੇ ਦਿੱਲੀ ਭੇਜਿਆ, ਪਰ ਉਸ ਮਗਰੋਂ ਉਸਦਾ ਫੋਨ ਬੰਦ ਆਉਣ ਲੱਗਿਆ। ਇਸ ਦੀ ਕਈ ਦਿਨਾਂ ਤੋਂ ਭਾਲ ਕੀਤੀ ਜਾ ਰਹੀ ਸੀ, ਜਿਸ ਨੂੰ ਕਾਬੂ ਕਰਕੇ ਇਸ ਤੋਂ 3,09,000 ਰੁਪਏ ਬਰਾਮਦ ਕਰ ਲਏ ਗਏ ਨੇ, ਜਦੋਂ ਕਿ ਬਾਕੀ ਰਹਿੰਦੀ ਰਕਮ ਬਰਾਮਦ ਕਰਵਾਉਣ ਲਈ ਅਦਾਲਤ ਨੇ ਇਸਦਾ 2 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਉਧਰ ਦੂਜੇ ਪਾਸੇ ਫੜੇ ਗਏ ਵਿਅਕਤੀ ਨੇ ਆਖਿਆ ਕਿ ਉਸਦੀ ਧੀ ਬਿਮਾਰ ਰਹਿੰਦੀ ਸੀ, ਜਿਸਦੇ ਇਲਾਜ ਲਈ ਉਸ ਕੋਲ ਪੈਸੇ ਨਹੀਂ ਸਨ, ਜਿਸ ਕਰਕੇ ਹੀ ਉਸਨੇ ਇਹ ਕਦਮ ਚੁੱਕਿਆ ਸੀ। ਆਜ਼ਾਦ ਟੀਵੀ ਨਿਊਜ਼ ਦੇ ਲਈ ਪਾਤੜਾ ਤੋਂ ਰਾਜਵਿੰਦਰ ਸਿੰਘ ਖਿੰਡਾ ਦੀ ਰਿਪੋਰਟ। ਇੱਕ ਆਪਣੇ ਇੱਥੇ ਕਾਰ ਬਜ਼ਾਰ ਨੇ ਸੋਮਨਾਥ, ਜਿਹਨੂੰ ਸੋਨੂ ਮਿੱਤਲ ਕਹਿੰਦੇ ਨੇ, ਉਹਨਾਂ ਦਾ ਕਾਰ ਬਜ਼ਾਰ ਹੈ ਇੱਥੇ। ਉਹਨਾਂ ਆਪਣੇ ਮੁੰਡੇ ਰੱਖੇ ਹੁੰਦੇ ਨੇ ਨੌਕਰ, ਅਤੇ ਜੋ ਇਹ ਬਾਹਰੋਂ ਦਿੱਲੀ ਤੋਂ ਗੜਗਾਉਂ ਫਰੀਦਾਬਾਦ ਤੋਂ ਗੱਡੀਆਂ ਲੈ ਕੇ ਆਉਂਦੇ ਨੇ, ਅਤੇ ਉਹ ਨੌਕਰਾਂ 'ਚ ਵਿਸ਼ਵਾਸ ਬਣਿਆ ਹੁੰਦਾ ਹੈ, ਉਹਨੂੰ ਪੇਮੈਂਟ ਵੀ ਦੇ ਦਿੰਦੇ ਨੇ। ਇਸੇ ਤਰ੍ਹਾਂ ਇਹਨਾਂ ਦਾ ਇੱਕ ਨੌਕਰ ਸੀ ਚੰਚਲ ਕੁਮਾਰ ਉਰਫ ਸੋਨੀ, ਜੋ ਦਾਤਾ ਸਿੰਘ ਵਾਲੇ ਦਾ ਰਹਿਣ ਵਾਲਾ ਸੀ ਹਰਿਆਣੇ ਦਾ, ਅਤੇ ਅੱਜ ਕੱਲ੍ਹ ਪਾਤੜਾਂ ਵਿਖੇ ਰਹਿ ਰਿਹਾ ਸੀ। ਅਤੇ ਉਹ 22 ਤਰੀਕ ਨੂੰ 22 ਜਨਵਰੀ ਨੂੰ 3,62,000 ਰੁਪਇਆ ਅਤੇ ਕੁਛ ਹੋਰ ਕਾਗਜ਼ ਪੱਤਰ ਦੇ ਕੇ ਦਿੱਲੀ ਭੇਜਿਆ ਸੀਗਾ। ਅਤੇ ਉਹ ਦਿੱਲੀ ਜਾ ਕੇ ਉੱਥੇ ਉਹਨੇ ਕਾਗਜ਼ ਪੱਤਰ ਤਾਂ ਸਾਰੇ ਉੱਥੇ ਜਿਹੜੇ ਜਿਹਨੂੰ ਦੇਣੇ ਸੀ ਦੇ ਤੇ, ਅਤੇ ਉਹਨਾਂ ਤੋਂ ਕਾਗਜ਼ ਲੈ ਲਏ। ਪਰ ਜਿਹੜੀ ਪਾਰਟੀ ਨੂੰ ਗੱਡੀ ਲਿਆਉਣ ਵਾਸਤੇ ਕੋਈ 3,62,000 ਰੁਪਏ ਦੇਣਾ ਸੀ, ਉਹ 3,62,000 ਰੁਪਇਆ ਉਹਨੂੰ ਨਹੀਂ ਦਿੱਤਾ, ਸਗੋਂ ਵਾਪਸ ਆ ਗਿਆ ਇੱਧਰ ਪੰਜਾਬ ਅਤੇ ਹਰਿਆਣਾ 'ਚ ਘੁੰਮਦਾ ਰਿਹਾ, ਅਤੇ ਮਨ 'ਚ ਲਾਲਚ ਜਾਗ ਪਏ ਦੇ ਵੀ 3,62,000 ਰੁਪਇਆ ਮਾਰ ਲਾਂ, ਅਤੇ ਇੱਧਰੋਂ ਮਤਲਬ ਉਹਨਾਂ ਦੀ ਅਮਾਨਤ 'ਚ ਖਿਆਨਤ ਕੀਤੀ ਸੀ ਉਹਨੇ। ਅਤੇ ਫਿਰ ਅਸੀਂ ਕੇਸ ਦਰਜ ਕਰ ਲਿਆ ਜੀ 428 PC 'ਚ, ਅਤੇ ਵੱਖ ਵੱਖ ਥਾਵਾਂ 'ਤੇ ਆਪਣੇ ਚੌਂਕੀ ਸਿਟੀ ਦੇ ASA ਅਮਰਜੀਤ ਸਿੰਘ ਨੇ ਕਾਫੀ ਮੁਸ਼ਕਤ ਨਾਲ ਇਹਨੂੰ ਕੱਲ੍ਹ ਗ੍ਰਿਫਤਾਰ ਕੀਤਾ। ਇਹ ਜੀ ਆਪਾਂ ਇੱਥੋਂ ਇਹ ਤਾਂ ਕਾਫੀ ਕਈ ਪਾਸੇ ਸੀ ਜਿੱਥੇ ਇੱਥੇ ਜਾਂਦਾ ਸੀ, ਟਾਵਰ ਲੋਕੇਸ਼ਨਾਂ ਕਢਾ ਕਢਾ ਕੇ ਇਹ ਘੁੰਮਦਾ ਫਿਰਾਉਂਦਾ, ਆਖਰ ਨੂੰ ਪਾਤੜਾਂ ਆ ਗਿਆ ਸੀ। ਕੱਲ੍ਹ ਪਾਤੜਾਂ ਨੂੰ ਅਰੈਸਟ ਕਰ ਲਿਆ, ਅਤੇ ਇਹਦੇ ਕੋਲੋਂ 3,09,000 ਰੁਪਇਆ ਜਿਹੜਾ ਕੈਸ਼ ਹੈ ਉਹ ਬਰਾਮਦ ਕਰ ਲਿਆ, ਅਤੇ ਹੋਰ ਕਾਫੀ RCs ਗੱਡੀਆਂ ਦੀਆਂ ਉਹਨਾਂ ਦੀਆਂ ਫੋਟੋ ਕਾਪੀਆਂ ਵਗੈਰਾ ਜੋ ਡਾਕੂਮੈਂਟ ਸੀ ਉਹ ਵੀ ਬਰਾਮਦ ਕਰ ਲੈਣੇ। ਅਤੇ ਅੱਜ ਇਹਨੂੰ ਅਦਾਲਤ 'ਚ ਪੇਸ਼ ਕਰਕੇ ਜਿਹੜੀ ਰਕਮ ਰਹਿੰਦੀ ਹੈ 50-52,000 ਰੁਪਇਆ ਤਕਰੀਬਨ, ਉਹਦੇ ਵਾਸਤੇ ਅਸੀਂ ਪੁਲਿਸ ਰਿਮਾਂਡ ਹਾਸਲ ਕਰਕੇ ਉਹ ਵੀ ਬਰਾਮਦ ਕਰਾਵਾਂਗੇ। ਇਹਦਾ ਮਾਨਯੋਗ ਜੱਜ ਸਾਹਿਬ ਨੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ, ਅਤੇ ਪਰਸੋਂ ਇਹਨੂੰ ਪੇਸ਼ ਕਰਾਂਗੇ, ਅਤੇ ਹੋਰ ਵੀ ਇਹਦੇ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਮੁਤਾਬਕ ਇਹਦੇ ਵਿਰੁੱਧ ਕਾਰਵਾਈ ਕੀਤੀ ਜਾਏਗੀ।